ਅਕੈਡਮੀ ਆ ਵੀ ਚਲੋ ਰੱਬਾ ਸਿਰੇ ਚੱਲੀ ਜਾਂਦੀ ਆ। ਜਿਹੜੇ ਕਈ ਫਨਕਾਰ ਆਏ ਆ, ਮੈਂ ਨਾਮ ਨੋਮੀਨੇਟ ਨਹੀਂ ਕਰਦਾ, ਆਏ ਉਸਤਾਦ ਜੀ ਤੁਹਾਡੇ ਲਈ ਆਹ ਕਰ ਦਾਂਗੇ, ਉਸਤਾਦ ਜੀ ਤੁਸੀਂ ਮੋਟਰਸਾਈਕਲ ਦੇ, ਤੁਸੀਂ ਵੀ ਗੱਡੀ ਸਾਡਾ ਜੀ ਕਰਦਾ ਘੁੰਮੋ, ਆਪਦੀਆਂ ਰੈਸਾਂ ਲਾ ਕੇ ਸਟਾਰ ਬਣ ਕੇ ਅਤੇ ਮੁੜ ਕੇ ਉਸਤਾਦ ਨੂੰ ਦਿਵਾਲੀ 'ਤੇ ਵੈਸੇ ਵੈਸ਼ ਨਹੀਂ ਕਰਦੇ। ਤੁਹਾਨੂੰ ਨਹੀਂ ਕਦੇ ਐਂ ਫੀਲ ਹੋਇਆ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਚੱਲਦਾ ਉੱਦਾਂ ਦਾ ਕੁਛ ਕਰਕੇ ਦੇਖੀਏ, ਸ਼ਾਇਦ ਘਰ ਦੇ ਹਾਲਾਤ ਜਿਹੜੇ ਸੁਧਰ ਜਾਣ? ਨਹੀਂ ਨਹੀਂ, ਜਿਹੜੀ ਚਾਂਦਨੀ ਆ ਫਿਰ ਥੋੜ੍ਹੇ ਦਿਨਾਂ 'ਚ ਹੁੰਦੀ ਆ, ਠੀਕ ਆ ਨਾ, ਪਰ ਥੋੜ੍ਹੇ ਦਿਨਾਂ ਵਿੱਚ ਕੋਠੀਆਂ ਕਾਰਾਂ ਵਾਲੇ ਹੋ ਜਾਂਦੇ ਕਈ। ਮੈਂ ਅਜੇ ਵੀ ਇਸੇ ਗੱਲ 'ਤੇ ਦ੍ਰਿੜ ਹਾਂ ਵੀ ਚਲੋ ਕੋਈ ਨਾ ਕੋਈ ਤੁਹਾਡੇ ਵਰਗਾ ਬੰਦਾ ਆਊਗਾ, ਚਲੋ ਹਾਈਲਾਈਟ ਕਰੂਗਾ, ਠੀਕ ਆ। ਚਲੋ ਪਰਮਾਤਮਾ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਬੰਦਿਆਂ ਵਿੱਚ ਹੀ ਪਰਮਾਤਮਾ। ਪ੍ਰੋਗਰਾਮ ਰੂਬਰੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਤਹਿਤ ਮੈਂ ਪੰਜਾਬ ਦੇ ਵੱਖ ਵੱਖ ਫਨਕਾਰਾਂ ਨੂੰ ਤੁਹਾਡੇ ਰੂਬਰੂ ਕਰ ਚੁੱਕਿਆ, ਪਰ ਇੱਕ ਅਜਿਹਾ ਫਨਕਾਰ ਜਦੋਂ ਮੈਂ ਗੱਲ ਕਰਦਾ ਹੁੰਦਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਸੁਰ ਲੱਗਣ ਦੀ ਜ਼ਰੂਰਤ ਹੈ ਕਿ ਦਾ ਲੱਗਣ ਦੀ ਜ਼ਰੂਰਤ ਹੈ, ਉਹਦਾ ਸੁਰ ਬਹੁਤ ਕਮਾਲ ਦਾ ਇਹ ਸੁਰ ਲੱਗਦਾ ਹੈ, ਪਰ ਹਾਲੇ ਤੱਕ ਦਾ ਨਹੀਂ ਲੱਗਿਆ। ਦਾ ਉਹ ਲਾਉਣਾ ਵੀ ਨਹੀਂ ਚਾਹੁੰਦੇ, ਉਹ ਸੁਰ ਦੇ ਨਾਲ ਹੀ ਅੱਗੇ ਵਧਣਾ ਚਾਹੁੰਦੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰੇ ਬੜੇ ਅਜ਼ੀਜ਼ ਨੇ, ਮੇਰੇ ਬੜੇ ਸਤਿਕਾਰਤ ਨੇ, ਚਮਕੌਰ ਹੰਸ ਜੀ। ਹੰਸ ਸਾਹਿਬ, ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਠੀਕ ਠਾਕ ਹੋ? ਹਾਂਜੀ ਹਾਂਜੀ, ਵਧੀਆ, ਕਿਰਪਾ ਦਿਆ। ਔਰ ਇਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਰਿਆਂ ਨੇ ਗੀਤ ਸੁਣਿਆ ਹੋਣਾ, ਕਿਹਨੂੰ ਰੋ ਕੇ ਵਖਾਵੇਂ ਦਿਲਾ ਮੇਰਿਆ ਵਰਾਉਣ ਵਾਲੀ ਦੂਰ ਵੱਸਦੀ, ਉਸੇ ਗੀਤ ਤੋਂ ਆਪਾਂ ਸ਼ੁਰੂਆਤ ਕਰਾਂਗੇ, ਉਹਦਾ ਸਹੀ ਅੰਤਰ, ਫਿਰ ਅੱਗੇ ਗੱਲਬਾਤ ਕਰਾਂਗੇ। ਠੀਕ ਹੈ ਜੀ, ਠੀਕ। ਪਰਦੇਸੀ ਦੇ ਨਾਲ ਨਿਉਣਾ ਲਾਈਏ, ਆਪਦੀ ਗੱਲ ਨਾ ਲੈ ਲਿਓ, ਭਾਵੇਂ ਲੱਖ ਸੋਨੇ ਦਾ ਹੋਵੇ ਇੱਕ ਗੱਲੋਂ ਪਰਦੇਸੀ ਚੰਗਾ ਨਾਲੇ ਯਾਦ ਕਰੇ ਨਾਲੇ ਰੋਵੇ, ਨਾਲੇ ਯਾਦ ਕਰੇ ਨਾਲੇ ਰੋਵੇ, ਹੰਝੂ ਕਾਸ ਤੋਂ ਬਹਾਵੇ ਇਹਨਾਂ ਅੱਖੀਆਂ ਨੂੰ ਰੋ, ਚੁੱਪ ਕਰ ਜਾ ਸ਼ੁਦਾਇਆ ਖੜੇ ਵੇਖਦੇ ਨੇ ਲੋ, ਸਾਡੇ ਪੀੜਾਂ ਦੇ ਪਰਾਗੇ ਚੋਲੀ ਆਪਣੀ ਚ ਪਾਉਣ ਵਾਲੀ ਦੂਰ ਵਸਦੀ ਕਿਨੂੰ ਰੋ ਕੇ ਦਿਖਾਵੇਂ ਦਿਲਾ ਮੇਰਿਆ ਵਰਾਉਣ ਵਾਲੀ ਦੂਰ ਵਸਦੀ
ਕੀ ਬਾਤ ਹੈ, ਇਸੇ ਲਈ ਅਸੀਂ ਅੱਜ ਸਪੈਸ਼ਲ ਤੁਹਾਡੇ ਕੋਲ ਚੱਲ ਕੇ ਆਏ ਹਾਂ, ਕਿਉਂਕਿ ਜਿਹੜਾ ਆਹ ਸੋਰਾ ਨਾ ਇਹ ਲੱਗਣਾ ਜ਼ਰੂਰੀ ਹੈ, ਅੱਜ ਕੱਲ੍ਹ ਦੇ ਕਲਾਕਾਰਾਂ ਦਾ ਪਰ ਦਾ ਲੱਗ ਰਿਹਾ। ਸਭ ਤੋਂ ਪਹਿਲਾਂ ਅਕੈਡਮੀ ਬਾਰੇ ਦੱਸੋ, ਇਹ ਸਾਰੇ ਸਟੂਡੈਂਟ ਤੁਹਾਡੇ ਨਾਲ ਜੁੜੇ ਹੋਏ ਨੇ, ਅਕੈਡਮੀ ਕਦੋਂ ਤੋਂ ਚਲਾ ਰਹੇ, ਕਿਸ ਤਰ੍ਹਾਂ ਦੀ ਚੱਲ ਰਹੀ ਅਕੈਡਮੀ? ਅਕੈਡਮੀ ਮੈਂ ਹੁਣ ਤੁਹਾਨੂੰ ਸੱਚੀ ਦੱਸਦਾ ਜੀ, ਕਿਉਂਕਿ ਫੁਕਰ ਆਪਣਾ ਨਹੀਂ ਆਉਂਦਾ ਨਾ। ਅਕੈਡਮੀ ਆ ਵੀ ਚਲੋ ਰੱਬ ਆਸਰੇ ਚੱਲੀ ਜਾਂਦੀ ਆ, ਵੀ ਤੋਰੀ ਫੁਲਕਾ ਚੱਲੀ ਜਾਂਦਾ, ਠੀਕ ਆ। ਮੋਗੇ ਤਕਰੀਬਨ ਮੈਨੂੰ ਹੋ ਗਿਆ ਵੀ 25 ਸਾਲ ਚਲਾਉਂਦੇ ਨੂੰ, ਉਹ ਬਸ ਵਾਈ ਚਲਾਈ ਆ, ਅਤੇ ਜਿਹੜੇ ਕਈ ਫਨਕਾਰ ਆਏ ਆ ਮੈਂ ਨਾਮ ਨੋਮੀਨੇਟ ਨਹੀਂ ਕਰਦਾ, ਠੀਕ ਆ। ਚਲੋ ਪਰਮਾਤਮਾ ਸਭ ਦਾ ਭਲਾ ਕਰੇ। ਆਏ ਉਸਤਾਦ ਜੀ ਤੁਹਾਡੇ ਲਈ ਆਹ ਕਰ ਦਾਂਗੇ, ਉਸਤਾਦ ਜੀ ਤੁਸੀਂ ਮੋਟਰਸਾਈਕਲ ਦੇ, ਤੁਸੀਂ ਵੀ ਗੱਡੀ, ਸਾਡਾ ਜੀ ਕਰਦਾ ਘੁੰਮੋ, ਆਪਦੀਆਂ ਰੈਸਲਾਂ ਲਾ ਕੇ ਸਟਾਰ ਬਣ ਕੇ, ਅਤੇ ਮੁੜ ਕੇ ਉਸਤਾਦ ਨੂੰ ਦਿਵਾਲੀ 'ਤੇ ਵੈਸੇ ਵੈਸ਼ ਨਹੀਂ ਕਰਦੇ, ਚੱਲ ਉਸਤਾਦ 'ਤੇ ਦਿਵਾਲੀ ਹੋਲੀ ਦਿਵਾਲੀ ਕਿਤੇ ਪੁੱਛ ਲਈਏ, ਠੀਕ ਆ। ਤਾਂ ਜਿਸ ਕਰਕੇ ਫਿਰ ਮੈਂ ਫਿਰ ਇਹ ਘਰ, ਚਲੋ ਪਰਮਾਤਮਾ ਨੇ ਕੀਤੀ ਕਿਰਪਾ, ਅਤੇ ਚਲੋ ਘਰ ਚਲਾ ਲਿਆ। ਸਟੂਡੈਂਟ ਜਿਹੜੇ ਮੇਰੇ ਨਾਲ ਜੁੜੇ ਨੇ, ਵਰਾਉਣ ਵਾਲੀ ਦੂਰ ਵਸਤੀ ਬਹੁਤ ਵੱਡਾ ਟਰੈਕ ਸੀ ਤੁਹਾਡਾ, ਹੈ ਨਾ? ਦੁਨੀਆਂ ਦੇ ਵਿੱਚ ਪਤਾ ਲੱਗ ਗਿਆ ਸੀ ਮੋਗੇ ਸ਼ਹਿਰ ਦੇ ਵਿੱਚ ਮਕੌਰ ਹੰਸ ਨਾਂ ਦਾ ਕੋਈ ਬੰਦਾ ਜਿਹਦਾ ਗੀਤ ਆਇਆ, ਉਸ ਤੋਂ ਬਾਅਦ ਉਸ ਲੈਵਲ ਦਾ ਗਾਣਾ ਨਹੀਂ ਹੋਇਆ, ਕੀ ਕਾਰਨ ਹੋਇਆ? ਉਹਦੇ ਕਾਰਨ ਕਈ ਹੋ ਗਏ ਸੀ, ਜਿਵੇਂ ਕਿਉਂਕਿ ਜਿਹੜੀ ਕੰਪਨੀ ਨੇ ਮੇਰੀ ਟੇਪ ਕੀਤੀ ਸੀਗੀ ਬਾਈ ਗੁਰਮੀਤ ਹੁਣੀ ਨੌਨ ਡਿਫੈਂਸ ਮੋਗਾ, ਅਤੇ ਉਹਨਾਂ ਨੇ ਐਵੇਂ ਕਹੀਏ ਵੀ ਬਹੁਤ ਮੇਰੀ ਹੈਲਪ ਕੀਤੀ, ਮਤਲਬ ਪੂਰਾ ਰੂਲ ਆ ਕੇ ਉਹਨਾਂ ਨੇ, ਮਤਲਬ ਐਡ ਵੀ ਤੁਸੀਂ ਦੇਖੀ ਸੀ ਆਪ, ਐਡ ਕਿੰਨੇ ਕੀਤੀ, ਲੇਕਿਨ ਉਸ ਤੋਂ ਬਾਅਦ ਉਹਨਾਂ 'ਤੇ ਕੋਈ ਪਰਸਨਲ ਕੋਈ ਪ੍ਰੋਬਲਮ ਹੋ ਗਈ ਸੀਗੀ, ਕੋਈ ਫੈਨ ਸਪੋਨਸ ਦਾ ਕੰਮ ਸੀਗਾ, ਕੋਈ ਚੱਕਰ ਤੁਹਾਨੂੰ ਪਤਾ ਅੱਜ ਕੱਲ੍ਹ ਕਿਵੇਂ ਪੈ ਜਾਂਦੇ ਆ, ਅਤੇ ਚਲੋ ਉਸ ਤੋਂ ਬਾਅਦ ਫਿਰ ਐਂ ਡਾਊਨ ਵੱਜ ਗਿਆ, ਕਿਉਂਕਿ ਮੈਨੂੰ ਬੜੀਆਂ ਕੰਪਨੀਆਂ ਤੋਂ ਸਾਗਾ ਤੋਂ ਆਇਆ ਸੀਗਾ ਫੋਨ ਵੀ ਤੁਸੀਂ ਸਾਡੇ ਨਾਲ ਕਰ ਲਓ ਐਗਰੀਮੈਂਟ, ਅਤੇ ਵੀ ਤੁਸੀਂ ਸਾਡੇ ਤੋਂ ਇੰਨੇ ਪੈਸੇ ਲੈ ਲਓ, ਗੱਡੀ ਲੈ ਲਓ। ਮੈਂ ਕਹਿੰਦਾ ਜੀ ਐਂ ਨਹੀਂ ਕਰ ਸਕਦੇ ਵੀ ਮੈਂ ਕਿਸੇ ਨਾਲ ਉਹ ਗਰਦਾਰੀ ਨਹੀਂ ਕੀਤੀ, ਠੀਕ ਹੈ, ਕਿਉਂਕਿ ਜਿਹੜੇ ਬੰਦੇ ਨੇ ਹੁਣ ਆਪਾਂ ਨੂੰ ਪਛਾਣਦਾ ਨਹੀਂ ਸੀ ਕੋਈ, ਨਾ ਚੱਕ ਅਗਲੇ ਨੇ ਬਣਾਤਾ, ਅਤੇ ਹੁਣ ਕਹੀਏ ਚੱਲ ਯਾਰ 4 ਪੈਸੇ ਮਿਲਦੇ ਆ ਉੱਧਰ ਜਾ ਵੜੋ। ਬਿਲਕੁਲ ਠੀਕ ਹੈ। ਚਮਕੌਰ ਭਾਅ ਜੀ, ਅੱਜ ਦੀ ਜੇ ਅੱਜ ਦੇ ਸਮੇਂ ਦੀ ਆਪਾਂ ਗਾਇਕੀ ਦੀ ਗੱਲ ਕਰੀਏ, ਗੀਤਾਂ ਦੇ ਵਿੱਚ ਜਿਹੜੇ ਸਿੰਗਰ ਆ ਪਿਸਤੌਲ ਚੱਕੀ ਫਿਰਦੇ, ਬੰਦੂਕਾ ਚੱਕੀ ਫਿਰਦੇ, ਹੈ ਨਾ, ਮਤਲਬ ਤੁਹਾਨੂੰ ਨਹੀਂ ਕਦੇ ਐਂ ਫੀਲ ਹੋਇਆ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਚੱਲਦਾ ਉੱਦਾਂ ਦਾ ਕੁਛ ਕਰਕੇ ਦੇਖੀਏ, ਸ਼ਾਇਦ ਘਰ ਦੇ ਹਾਲਾਤ ਜਿਹੜੇ ਸੁਧਰ ਜਾਣ? ਨਹੀਂ ਨਹੀਂ, ਐਂ ਨਹੀਂ, ਮੇਰੇ ਹਿਸਾਬ ਨਾਲ ਹੀ ਲੱਗਦਾ ਜੀ। ਦੇਖੋ ਜੀ, ਗੁਰਦਾਸ ਮਾਨ ਸਾਹਿਬ ਨੂੰ ਮੈਂ ਵੀ ਨਿੱਕਾ ਜਿਹਾ ਹੁੰਦਾ ਸੀ, ਮੈਂ ਸੁਣਦਾ, ਅੱਜ ਮੇਰੇ ਬੱਚੇ ਵੱਡੇ ਹੋ ਗਏ ਆ, ਠੀਕ ਆ, ਅਤੇ ਗੁਰਦਾਸ ਮਾਨ ਸਾਹਿਬ ਨੂੰ ਅੱਜ ਹਰ ਸਟੇਟ 'ਚ ਸੁਣਦੇ ਆ। ਕਾਰਨ ਕੀ ਵੀ ਜਿਹੜੇ ਬੰਦੇ ਵਧੀਆ ਲਿਖਦੇ ਨੇ, ਵਧੀਆ ਸੋਚਦੇ ਨੇ, ਵਧੀਆ ਗਾਉਂਦੇ ਨੇ, ਉਹ ਹਮੇਸ਼ਾ ਲੰਬੀ ਰੇਸ ਦੇ ਘੋੜੇ ਹੋਰ ਨਿਬੜਦੇ ਨੇ, ਠੀਕ ਹੈ ਨਾ। ਮੇਰਾ ਵੀ ਹੈ, ਚਲੋ ਜਿੰਨਾ ਕੁ ਵੀ ਹੈਗਾ ਵੀ, ਹੁਣ ਜਿਹੜੇ ਮੇਰੇ ਸਮਕਾਲੀ ਗਾਇਕਾ, ਕਿਸੇ ਨੇ ਗਾਇਕੀ ਛੱਡ ਦਿੱਤੀ, ਕਿਸੇ ਨੇ ਕੋਈ ਕੰਮ ਕਰ ਲਿਆ, ਜਾਂ ਜਿਵੇਂ ਵੀ ਹੈਗਾ, ਹੈ ਨਾ, ਤਾਂ ਮੈਂ ਅਜੇ ਵੀ ਇਸੇ ਗੱਲ 'ਤੇ ਦ੍ਰਿੜ ਹਾਂ ਵੀ ਚਲੋ ਕੋਈ ਨਾ ਕੋਈ ਤੁਹਾਡੇ ਵਰਗਾ ਬੰਦਾ ਆਊਗਾ, ਚਲੋ ਹਾਈਲਾਈਟ ਕਰੂਗਾ, ਠੀਕ ਹੈ। ਚਲੋ ਪਰਮਾਤਮਾ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਬੰਦਿਆਂ ਵਿੱਚ ਹੀ ਪਰਮਾਤਮਾ, ਠੀਕ ਹੈ ਨਾ। ਕਿਹੜੇ ਕਿਹੜੇ ਯਾਰ ਮਿੱਤਰ ਆ ਜਿਹੜੇ ਚੜ੍ਹਾਈ ਵੇਲੇ ਵੀ ਪੂਰੇ ਨਾਲ ਸੀ, ਅੱਜ ਅਕੈਡਮੀ ਤੁਸੀਂ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾ ਲਿਆ, ਅਤੇ ਅੱਜ ਵੀ ਨਾਲ ਆ, ਜਿਵੇਂ ਹਰਮਲਾਪ ਗਿੱਲ ਜੀ, ਪਰਵਿੰਦਰ ਭੋਲਾ ਜੀ, ਵਿੱਚ ਵਿੱਚ ਕਿਤੇ ਲਿੱਚੀ ਜੀ ਮਾਰ ਜਾਂਦੇ ਆ, ਪਰ ਬੰਦੇ ਵਧੀਆ, ਅਤੇ ਹਮੇਸ਼ਾ ਮਤਲਬ ਮੇਰੀ ਰਿਸਪੈਕਟ ਕਰਦੇ ਆ। ਜਿਹੜੇ ਕਿਹੜੇ ਕਲਾਕਾਰ ਤੁਹਾਡੇ ਕੋਲ ਤਾਲੀਮ ਲੈ ਚੁੱਕੇ ਉੱਥੇ ਅਕੈਡਮੀ ਆ ਕੇ? ਪਰਵਿੰਦਰ ਭੋਲਾ, ਜੱਕਾ ਯਾਰਾਂ ਦਾ ਮਟਕ ਨਾਲ ਤੁਰਨਾ, ਕਾਲੀ ਤਾਰੀ ਚੜ੍ਹ ਜਾ, ਹਰਜੀਤ ਸਿੱਧੂ ਭਾਅ ਜੀ ਵੀ ਆ ਜਾਂਦੇ ਆ, ਜੀ ਐਸ ਪੀਟਰ ਵੀ ਮੇਰੇ ਕੋਲ ਤਿਆਰੀ ਕਰਦਾ ਆ ਕੇ, ਅਤੇ ਬਾਕੀ ਹੋਰ ਮਤਲਬ ਹਰਮਲਾਪ ਗਿੱਲ ਹੋ ਗਿਆ, ਹਰਿੰਦਰ ਸੰਧੂ ਭਾਅ ਜੀ ਕੋਲ ਤੁਸੀਂ ਹੁਣ ਆਏ ਆ, ਉਹਨਾਂ ਦੇ ਨਾਲ ਕੁੜੀ ਗਾਉਂਦੀ ਰਹੀ ਸੀ ਲਵਲੀ ਸੋਨੀਆ, ਅਤੇ ਉਹ ਵੀ ਮੇਰੇ ਕੋਲ ਕੰਮ ਸਿੱਖਿਆ, ਅਤੇ ਹੋਰ ਕਾਫੀ ਮੈਂ ਲੈਣ ਵਾਲਾ। ਤੁਸੀਂ ਸੁਰ ਦੇ ਨਾਲ ਇੰਨਾ ਜੁੜੇ ਹੋਏ ਆ, ਸਰਸਵਤੀ ਤੁਹਾਡੇ ਕੰਠ ਦੇ ਵਿੱਚ ਆਪ ਵਾਸ ਕਰਦੀ ਆ, ਕਿਤੇ ਸਰਕਾਰੀ ਤੌਰ 'ਤੇ ਜਾਂ ਕਿਸੇ ਵੱਡੀ ਸੰਸਥਾ ਨੇ
ਤੁਹਾਡੀ ਆ ਕੇ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਹੁਣ ਪ੍ਰੋਫੈਸਰ ਮੋਹਨ ਸਿੰਘ ਦੇ ਨਾਮ 'ਤੇ ਐਡਾ ਵੱਡਾ ਮੇਲਾ ਕਰਵਾ ਲੈਂਦੇ ਨੇ, ਵੱਡੇ ਵੱਡੇ ਚੈਨਲਾਂ ਦੇ ਅਵਾਰਡ ਹੁੰਦੇ ਨੇ, ਕਿਸੇ ਨੇ ਤੁਹਾਡੇ ਆ ਕੇ ਸਪੋਰਟ ਕੀਤੀ ਹੁਣ ਤੱਕ? ਨਹੀਂ ਜੀ, ਨਹੀਂ ਜੀ, ਕਿਸੇ ਨੇ ਸਪੋਰਟ ਨਹੀਂ ਕੀਤੀ। ਕੀ ਲੱਗਦਾ ਤੁਹਾਨੂੰ, ਕਲਾਕਾਰਾਂ ਦੇ ਵਿੱਚ ਵੱਡਿਆਂ ਵਿੱਚ ਏਕਾ ਹੈ ਨਹੀਂ ਜਾਂ ਕਲਾਕਾਰ ਸੁਰ ਵਾਲੇ ਬੰਦੇ ਨੂੰ ਪਛਾਣਦੇ ਨਹੀਂ? ਮੈਂ ਹੁਣ ਗੱਲ ਤੁਸੀਂ ਪਹਿਲਾਂ ਨਹੀਂ ਕੀਤੀ ਵੀ ਦਾ ਲੱਗ ਜਾਂਦਾ, ਅੱਜ ਕੱਲ੍ਹ ਦਾ ਲੱਗਦੇ ਆ, ਠੀਕ ਹੈ ਨਾ। ਸੁਰ ਵਾਲੇ ਬੰਦੇ ਬੜੇ ਬੰਦੇ ਬੈਠੇ ਆ, ਆਹ ਮੁੰਡੇ ਮੈਂ ਤੁਹਾਨੂੰ ਸੁਣਾਊਂਗਾ ਕੁਆਲੀ ਗਾਉਂਦੇ ਆ, ਮਨਮੰਦਰ ਅੱਛਾ ਗਾਉਂਦਾ, ਲੇਕਿਨ ਉਹ ਜਿਵੇਂ ਕਹੀਏ ਵੀ ਜਿਵੇਂ ਉਸਤਾਦ ਉਹ ਜਿਹੇ ਚੇਲੇ ਵੀ ਇਸੇ ਕਰਕੇ ਬੈਠੇ, ਇਮਾਨਦਾਰੀ ਨਾਲ ਵੀ ਲੀਗਲ ਕੰਮ ਕਰਕੇ ਅਸੀਂ ਵਧੀਆ ਤਰੀਕੇ ਨਾਲ ਹਾਈਲਾਈਟ ਹੋਈਏ ਵੀ ਪੰਜਾਬ ਨੂੰ ਅਸੀਂ ਗੰਦ ਪਹਿਲੇ ਦੇ ਕੇ, ਉਹ ਜਿਹੜਾ ਜਿਹੜੀ ਜਿਹੜੀ ਚਾਂਦਨੀ ਆ ਫਿਰ ਥੋੜ੍ਹੇ ਦਿਨਾਂ ਦੀ ਹੁੰਦੀ ਆ, ਠੀਕ ਹੈ ਨਾ। ਪਰ ਥੋੜ੍ਹੇ ਦਿਨਾਂ ਵਿੱਚ ਕੋਠੀਆਂ ਕਾਰਾਂ ਵਾਲੇ ਹੋ ਜਾਂਦੇ ਕਈ ਇੱਦਾਂ ਦੇ, ਮੈਂ ਦੇਖ ਹੋ ਜਾਂਦੇ ਆ ਜੀ, ਫਿਰ ਇਹੋ ਜਿਹੀਆਂ ਕੋਠੀਆਂ ਕਾਰਾਂ ਆਪਾਂ ਨੂੰ ਚਾਹੀਦੀਆਂ, ਠੀਕ ਹੈ ਨਾ। ਉਹਨਾਂ ਦੀ ਰਿਸਪੈਕਟ ਨਹੀਂ ਹੁੰਦੀ ਅਤੇ ਆਪਣੀ ਰਿਸਪੈਕਟ ਜਿਵੇਂ ਗੱਲ ਸੀ ਉਵੇਂ ਆ ਜੀ ਪਰਮਾਤਮਾ ਦੀ ਕਿਰਪਾ ਨਾਲ। ਉਹ ਮੈਂ ਨਹੀਂ ਚਾਹੁੰਦਾ ਵੀ ਆਪਾਂ ਕਿਸੇ ਦੀਆਂ ਨਜ਼ਰਾਂ ਤੋਂ ਗਿਰੀਏ, ਮਤਲਬ ਇੱਕ ਗੱਲ ਹੋਰ ਦੱਸੋ, ਜਿਵੇਂ ਤੁਸੀਂ ਕਲਾਕਾਰਾਂ ਦੇ ਨਾਮ 'ਤੇ ਹਰਮਲਾਪ ਵੀ ਕਾਰ 'ਤੇ ਆ, ਪਰਵਿੰਦਰ ਭੋਲੇ ਦਾ ਵੀ ਕੰਮ ਸੈੱਟ ਆ, GS ਪੀਟਰ ਹੁਣੇ ਵੀ ਠੀਕ ਆ, ਉਹਨਾਂ ਨੇ ਕਦੇ ਫਾਈਨੈਂਸ਼ੀਅਲ ਤੌਰ 'ਤੇ ਜਾਂ ਵੈਸੇ ਤੁਹਾਡੀ ਕਦੇ ਹੈਲਪ ਕੀਤੀ ਵੀ ਆਓ ਚਮਕੌਰ ਭਾਜੀ ਆਪਾਂ ਤੁਹਾਡਾ ਗੀਤ ਕਰਾਉਂਦੇ ਕਿਤੇ ਨਾ ਕਿਤੇ? ਹਾਂ ਨਹੀਂ, ਚਲੋ ਫਾਈਨੈਂਸ਼ੀਅਲੀ ਤੌਰ 'ਤੇ ਤਾਂ ਚਲੋ ਜਿੰਨੇ ਕੁ ਜੋਗੇ ਹੈਗੇ ਖੜ੍ਹਦੇ ਆ, ਹਰਮਲਾ ਵੀ ਖੜ੍ਹਦਾ, ਭੋਲਾ ਵੀ ਖੜ੍ਹਿਆ ਖੜ੍ਹਦਾ, ਪਰ ਇੱਥੋਂ ਤੱਕ ਐਂ ਨਹੀਂ ਹੋਇਆ ਵੀ ਭਾਅ ਜੀ ਤੁਸੀਂ ਆਓ। ਇਹ ਗੱਲ ਵੀ ਮੈਂ ਮਤਲਬ ਕਲੀਅਰ ਜੀ ਕਰਦਾ ਵੀ ਭਾਅ ਜੀ ਤੁਸੀਂ ਆਓ ਵੀ ਚਮਕੌਰ ਭਾਅ ਜੀ, ਚੱਲ ਤੁਸੀਂ ਆਓ, ਜੇ ਸਾਡੇ 'ਤੇ 50 ਲੱਗ ਜੂ ਤੁਹਾਡੇ 'ਤੇ 20 ਲੈ ਦਾਂਗੇ, ਅਸੀਂ ਦੋ ਜਣੇ ਰਲ ਕੇ ਲੈ ਦਾਂਗੇ। ਜੇ ਇਹ ਉਪਰਾਲਾ ਕਰਦੇ ਤਾਂ ਆਪਾਂ ਹੋ ਸਕਦਾ ਵਾ, ਹੁਣ ਰੱਬ ਜਾਣੇ ਜਾਂ ਇਹਨਾਂ ਦੀ ਕੋਈ ਮਜਬੂਰੀ ਆ ਜਾਂ ਕੋਈ ਕਰਨਾ ਨਹੀਂ ਚਾਹੁੰਦਾ ਜਾਂ ਇਹਨਾਂ ਦਾ ਇਸ ਪਾਸੇ ਧਿਆਨ ਨਹੀਂ, ਮੈਂ ਮਾੜਾ ਨਹੀਂ ਕਹਿੰਦਾ ਉਹਨਾਂ ਨੂੰ ਜਾਂ ਕਿਸੇ ਨੂੰ ਵੀ, ਬਟ ਇਹ ਆ ਵੀ ਕਿਤੇ ਨਾ ਕਿਤੇ ਕੋਈ ਹੈ ਕਿਤੇ ਨਾ ਕਿਤੇ ਗੜਬੜ ਵੀ, ਜੇ ਵੀ ਜਾਂ ਹੋ ਸਕਦਾ ਕੋਈ ਮੇਰੇ 'ਚ ਕਮੀ ਹੋਊਗੀ। ਤੁਹਾਨੂੰ ਲੱਗਦਾ ਇਹ ਸਾਰੇ ਕਈ ਯਾਰ ਮਿੱਤਰ ਇੱਦਾਂ ਦੇ ਜਿਹਨਾਂ ਜਿਹੜੇ ਚਮਕੌਰ ਹੰਸ ਦੇ ਮੋਢੇ 'ਤੇ ਰੱਖ ਕੇ ਅੱਗੇ ਨਿਕਲਣਾ ਚਾਹੁੰਦੇ, ਉਹਦੇ ਮੋਢੇ 'ਤੇ ਰੱਖ ਕੇ ਚਲਾਉਂਦੇ ਆ? ਹਾਂ, ਚਲਾ ਜਾਂਦੇ ਆ, ਚਲਾ ਜਾਂਦੇ ਆ। ਕਦੇ ਗੁੱਸਾ ਆਉਂਦਾ ਉਹਨਾਂ ਯਾਰਾਂ ਮਿੱਤਰਾਂ ਦਾ? ਗੁੱਸਾ ਆਉਂਦਾ, ਹੁਣ ਕੀ ਕਰੀਏ, ਕੁਆਲੀਆਂ ਗਾ ਕੇ ਇੱਥੇ ਪੜਾਜੀ ਕੱਢ ਲਈ ਦੀ ਵੀ ਯਾਰ, ਹੁਣ ਕਿਸੇ ਨੂੰ ਕੀ ਕਹੀ ਵੀ ਇਹ ਤਾਂ ਕਰ ਗਿਆ ਆਪਣੇ ਤੋਂ ਨਾ ਹੋਵੇ। ਕੁਛ ਸੁਣਾਓ ਹੁਣ ਸਾਨੂੰ, ਗੱਲਾਂ ਬਾਤਾਂ ਨਾਲ ਦੀ ਨਾਲ ਚੱਲੀ ਜਾਣੀਆਂ, ਕੁਛ ਨਾ ਕੁਛ ਜਿਹੜਾ ਰੂਹਦਾਰੀ ਦੀ ਗੱਲ ਕੋਈ ਨਾ। ਉਹ ਦਿਲਾਂ ਵਾਲੇ ਦੇੜੇ ਹੰਝੂਆਂ ਦਾ ਡੇਰਾ ਵੇ ਤੇਰੇ ਬਿਨਾਂ ਕੋ ਉਹ ਸੱਜਣਾ ਵੇ ਮੇਰਾ ਵੇ ਦਿਲਾਂ ਵਾਲੇ ਵੇੜੇ ਹੰਝੂਆਂ ਦਾ ਡੇਰਾ ਵੇ ਤੇਰੇ ਬਿਨਾਂ ਤੂੰ ਉਹ ਸੱਜਣਾ ਵੇ ਮੇਰਾ। ਪਰਦੇਸੀ ਵੀ ਨਾਲ ਹੀ ਮੈਨੂੰ ਇਹ, ਹੁਣ ਤੂੰ ਤਾਂ ਪਰਦੇਸੀ ਹੈ, ਠੀਕ ਹੈ ਨਾ, ਪਰ ਸਾਡਾ ਦਿਲ ਇੱਥੇ ਰਹੇ ਇਹਨੂੰ, ਪਰ ਗੱਲ ਤਾਂ ਇਹੀ ਆ ਨਾ, ਜਿਹੜੇ ਪੰਜਾਬੀ ਆ ਜਿਹੜੇ ਇੱਥੋਂ ਚੱਲਦੇ ਆ ਨਾ ਰੂਹ, ਹੁਣ ਰੂਹ ਦਾ। ਹੁਣ ਮੈਂ ਤੁਹਾਨੂੰ ਕਿਹਾ ਸੀ, ਮੈਂ ਕਿਹਾ ਵੀ ਤੁਹਾਨੂੰ ਮੈਂ ਪਿਛਲੀ ਫੋਨ ਲਾਇਆ ਸੀ, ਮੈਂ ਕਿਹਾ ਵੀ ਆਪਾਂ ਮੌਕੇ ਮਿਲਦੇ, ਤੁਸੀਂ ਕਹਿੰਦੇ ਭਾਅ ਜੀ ਮੈਂ ਤੁਹਾਡੇ ਕੋਲ ਆਊਂਗਾ, ਦਿਲ ਰੂਹ ਦੀ ਆ ਨਾ ਗੱਲ ਤਾਂ। ਉਹ ਫਿਰ ਮੈਂ ਨਾ ਇੱਕ ਪਰਦੇਸੀਆਂ ਦੀ ਆ ਕਰਦਾ ਜੀ। ਅੱਖੀਆਂ ਵੀ ਪਾਣੀ ਭਰੀਆਂ ਖਿਆਲਾਂ ਵਿੱਚ ਯਾਦਾਂ ਤਰੀਆਂ ਆਈਆਂ, ਦਿਲ ਮੇਰੇ ਨੂੰ ਕੱਸੀਆਂ ਗਈਆਂ, ਦਿਲ ਮੇਰੇ ਨੂੰ ਕੱਸੀਆਂ ਗਈਆਂ, ਮੋਹ ਮਮਤਾ ਦੀਆਂ ਡੋਰੀਆਂ, ਮੈਨੂੰ ਵਤਨਾ ਵੱਲ ਬੁਲਾਉਂਦੀਆਂ, ਮਾਂ ਮੇਰੀ ਦੀਆਂ ਲੋਰੀਆਂ, ਵਤਨਾ ਵੱਲ ਬੁਲਾਉਂਦੀਆਂ, ਮਾਂ ਮੇਰੀ ਦੀਆਂ ਲੋਰੀਆਂ। ਕੀ
ਕਿਆ ਬਾਤ ਹੈ ਜੀ। ਇਸੇ ਤਰ੍ਹਾਂ ਸਾਡੀ ਗੱਲਬਾਤ ਰਹੇਗੀ ਜਾਰੀ ਚਮਕੌਰ ਹੰਸ ਹੋਣਾ ਦੇ ਨਾਲ, ਔਰ ਜਿੰਨੇ ਵੀ ਹੋਰ ਇਹਨਾਂ ਦੇ ਸਟੂਡੈਂਟ ਨੇ ਉਹਨਾਂ ਤੋਂ ਵੀ ਥੋੜ੍ਹਾ ਥੋੜ੍ਹਾ ਕੁਝ ਸੁਣਾਂਗੇ। ਹੋਰ ਵੀ ਕਈ ਗੱਲਾਂ ਬਾਤਾਂ ਨੇ, ਔਰ ਇਸ ਅਕੈਡਮੀ ਚਮਕੌਰ ਹੰਸ ਮਿਊਜ਼ਿਕ ਅਕੈਡਮੀ ਦੀ ਮੈਂ ਸਾਰੇ ਪਰਦੇਸੀਆਂ ਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਜ਼ਰੂਰ ਸਪੋਰਟ ਕਰੋ, ਔਰ ਨੀਚੇ ਨੰਬਰ ਫਲੈਸ਼ ਹੋ ਰਿਹਾ ਚਮਕੌਰ ਹੰਸ ਹੋਣਾ ਦਾ, ਉਹਨਾਂ ਦੇ ਨਾਲ ਸਿੱਧਾ ਕੰਟੈਕਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਜਿੰਨੇ ਸਟੂਡੈਂਟ ਨੇ ਇਹਨਾਂ ਦਾ ਸੁਰ ਲੱਗਦਾ ਹੈ ਅਤੇ ਸੁਰ ਵਾਲੇ ਦਾ ਹੀ ਦਾਅ ਲੱਗਣਾ ਚਾਹੀਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਮੇ ਦਿਲ ਲਗੀ ਜਾਣੀ ਪੜੇਗੀ ਮੁਹੱਬਤ ਕੀ ਰਾਹ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ। ਸਾਡੇ ਨਾਲ ਅੱਜ ਜੁੜੇ ਹੋਏ ਨੇ ਬਾਈ ਚਮਕੌਰ ਹੰਸ, ਉਹਨਾਂ ਦੀ ਅਕੈਡਮੀ ਜੀਰੇ ਅਸੀਂ ਆਏ ਹੋਏ ਹਾਂ। ਜੀਰਾ ਸ਼ਹਿਰ ਆ ਜਿਹੜਾ ਮੋਗੇ ਦੇ ਬਿਲਕੁਲ ਨਾਲ ਹੈ, ਅਤੇ ਉੱਥੇ ਅੱਜ ਗੱਲਬਾਤ ਅਸੀਂ ਕਰ ਰਹੇ ਹਾਂ ਬਾਈ ਚਮਕੌਰ ਹੰਸ ਉਹਨਾਂ ਦੇ ਨਾਲ। ਸਾਡੇ ਪੁਰਾਣੇ ਜਾਣਕਾਰ ਨੇ, ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਕਿਸੇ ਟਾਈਮ। ਹੰਸ ਭਾਜੀ, ਤੁਸੀਂ ਅਕੈਡਮੀ ਖੋਲ੍ਹੀ ਹੈ ਨਾ, ਜਿੰਨੇ ਨਵੇਂ ਸਟੂਡੈਂਟ ਆਉਂਦੇ ਨਾ, ਕਈਆਂ ਦੇ ਖਦਸ਼ਾ ਹੁੰਦਾ ਵੀ ਉਸਤਾਦ ਜੀ ਸਾਡੇ ਸਾਨੂੰ ਲੈਸਨ ਉਹਨੇ ਦਿੰਦੇ ਨਹੀਂ, ਹੈ ਨਾ। ਕਈਆਂ ਦਾ ਇਹ ਖਦਸ਼ਾ ਹੁੰਦਾ ਉਸਤਾਦ ਜੀ ਸਾਡੇ ਤੋਂ ਕੰਮ ਬਹੁਤ ਕਰਾਉਂਦੇ ਆ, ਕਈਆਂ ਦਾ ਇਹ ਹੁੰਦਾ ਵੀ ਉਹ ਸਾਨੂੰ ਗਿਆਨ ਨਹੀਂ ਮਿਲਦਾ ਅਕੈਡਮੀਆਂ ਦੇ ਵਿੱਚ ਜੋ ਸਾਨੂੰ ਮਿਲਣਾ ਚਾਹੀਦਾ। ਕੀ ਕਹੋਗੇ ਇਹਦੇ 'ਤੇ? ਇਹਦੇ 'ਤੇ ਦੇਖੋ, ਮੇਰੇ ਜਦੋਂ ਮੇਰੇ ਕੋਲ ਸਟੂਡੈਂਟ ਆਉਂਦਾ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਯਾਰ ਸਭ ਤੋਂ ਪਹਿਲਾਂ ਵੀ ਜਿੰਨੀ ਜਲਦੀ ਕੋਸ਼ਿਸ਼ ਹੋ ਇਹ ਫਟਾਫਟ ਕੰਮ 'ਤੇ ਤੁਰ ਪਏ, ਯਾਨੀ ਕਿ ਇਹਦਾ ਤੋਰੀ ਫੁਲਕਾ ਚੱਲਣ ਲੱਗ ਪਏ। ਠੀਕ ਆ, ਅਤੇ ਗੱਲ ਇਹ ਸਹੀ ਹੈ ਵੀ ਜਿਹੜਾ ਸਿੱਖਣ ਮਗਰੋਂ ਲੱਗਦਾ ਗੱਲਾਂ ਦਾ ਜੀ ਮੈਂ ਫਿਰ ਗਾਣਾ ਕਰਾਵਾਂ, ਹੁਣ ਕਈ ਤਾਂ ਮੁੰਡੇ ਮੇਰੇ ਕੋਲ ਸਿੱਖਣ ਲੱਗ ਪੈਂਦੇ ਆ, ਅਤੇ ਆਹ ਜਿਵੇਂ ਨਛੱਤਰ ਗੱਲ ਜੀਰੇ ਵਾਲਾ ਮਸ਼ਹੂਰ ਹੋਇਆ ਸੀ ਮੇਰੇ ਕੋਲ, ਉਹ ਵੀ 2-3 ਮਹੀਨੇ ਲੈ ਕੇ ਗਿਆ ਮੇਰੇ ਕੋਲ। ਇਹ ਕਹਿੰਦਾ ਕਹਿੰਦਾ ਭਾਅ ਜੀ ਮਹੀਨਾ ਕੁ ਛੁੱਟੀ ਚਾਹੀਦੀ, ਮੈਂ ਕਾਹਦੇ ਵਾਸਤੇ? ਮੈਂ ਗਾਣਾ ਰਿਕਾਰਡ ਕਰਾਉਣ, ਮੈਂ ਕਿਹਾ ਵੀ ਲੋਕ ਤਾਂ ਪਾਸੋਂ ਛੁੱਟੀ ਲੈ ਕੇ ਮੇਰੇ ਕੋਲ ਆਉਂਦੇ ਆ ਵੀ ਭਾਅ ਜੀ ਗਾਣੇ ਦੀ ਤਿਆਰੀ ਕਰਨੀ ਹੈ, ਨਹੀਂ ਫਿਰ ਮੈਂ ਭਾਅ ਜੀ ਚੰਡੀਗੜ੍ਹ ਜਾਣਾ। ਉਹ ਗੱਲ ਉਹੀ ਆ ਵੀ ਐਂ ਕਰਨਾ ਉਹ ਕਰਨਾ, ਮਤਲਬ ਕਈ ਬੰਦੇ ਸੋਚਦੇ ਵੀ ਅਸੀਂ ਐਂ ਕਰਨਾ ਜੋ ਕਰਨਾ, ਲੇਕਿਨ ਕਿੱਥੇ ਮਿਹਨਤ ਕਰਕੇ ਅੱਗੇ ਆਉਣਾ। ਤੁਸੀਂ 76 ਦੀ ਗੱਲ ਕੀਤੀ, 76 ਜੀਰੇ ਵਾਲਾ, ਉਹਦੀ ਗੱਲ ਕਰਦੇ ਹੋ ਨਾ। ਅੱਜ ਕੱਲ੍ਹ ਜਿਹੜਾ ਔਨਲਾਈਨ ਆ ਨਾ, ਔਨਲਾਈਨ ਨੇ ਬੜੇ 76 ਪੈਦਾ ਕਰਤੇ, ਬੜੇ ਰੰਧਾਵੇ, ਬੜੇ ਹਰਮਨ ਚੀਮੇ, ਇੱਕ ਹੁਣ ਮਗਰ ਨਵਾਂ ਮੁੱਖ ਮੰਤਰੀ ਹੈ ਨਾ, ਮੁੱਖ ਮੰਤਰੀ ਧਮਕਾ ਬੇਸਾਂ ਵਾਲਾ, ਇਹ ਜਿਹੜੀ ਮਾਨਸਿਕਤਾ ਸਾਡੀ ਕਿੱਧਰ ਨੂੰ ਜਾ ਰਹੀ ਹੈ? ਸਾਨੂੰ ਇਹੋ ਜਿਹੇ ਸਿੰਗਰ ਮਿਲਣਗੇ ਫਿਊਚਰ ਦੇ ਵਿੱਚ? ਬਾਈ ਜੀ ਬੜਾ ਸੋਚੀਦਾ ਇਹ, ਮੈਂ ਗੱਲ ਡਿਸਕਸ਼ਨ ਮਨਮੰਦਰ ਜੀ ਆਪਾਂ ਸਾਰੇ ਡਿਸਕਸ਼ਨ ਕਰਦੇ ਹੋ ਨਾ ਅਵਦੀਪ, ਵੀ ਵੀ ਪੰਜਾਬੀ ਗਾਇਕੀ ਕਿੱਧਰ ਨੂੰ ਜਾ ਰਹੀ ਆ। ਠੀਕ ਆ, ਹੁਣ ਗੱਲ ਮੈਂ ਪਿਸਤੌਲ ਚੱਕੀ ਫਿਰਦੇ ਆ, ਡਾਂਗਾ ਚੱਕੀ ਫਿਰਦੇ ਹੋ, ਹੈ ਨਾ, ਮਤਲਬ ਕੱਡੇ ਕੱਡੇ ਹਥਿਆਰ। ਹੁਣ ਆਪਣੇ ਕੋਲ ਤਾਂ ਐਵੇਂ ਮੈਂ ਤੁਹਾਨੂੰ ਕਹਾਂ ਵੀ ਆਪਣੇ ਕੋਲ ਤਾਂ ਡਾਂਗਾ ਲੈਣ ਨੂੰ ਵੀ ਪੈਸੇ ਨੇ, ਵੀ ਡਾਂਗਾ ਲੈ ਕੇ ਵੀ ਕਿਸੇ ਨੂੰ ਕੁੱਟ ਦਈਏ। ਠੀਕ ਆ ਨਾ, ਸਿੱਧੀ ਸਪਸ਼ਟ ਜੀ ਗੱਲ ਆ, ਹਥਿਆਰ ਚੱਕਣੇ ਚਲਾਉਣੇ, ਜਿਹੜਾ ਬੰਦੇ ਦੇ ਹਥਿਆਰ ਚੱਲਦਾ। 76 ਨੂੰ ਕਦੇ ਸਮਝਾਇਆ ਨਹੀਂ ਵੀ ਕਾਕਾ ਤੇਰੇ ਵੱਸ ਦਾ ਰੋਗ ਨਹੀਂ ਹੈਗਾ ਗਾਇਕੀ, ਤੂੰ ਨਾ ਪੰਗੇ ਲੈ? ਬੜਾ ਸਮਝਾਇਆ ਮੈਂ, ਕਿਹਾ ਪੁੱਤ ਚੰਗੀ ਤਰ੍ਹਾਂ ਸਿੱਖ ਲੈ, ਇਹ ਨਾ ਮੈਂ ਨਹੀਂ ਤੈਨੂੰ ਕਰੂੰ ਤੂੰ ਨਾ ਗਾ, ਪਰ ਚੰਗੀ ਤਰ੍ਹਾਂ ਤੂੰ ਸਿੱਖ ਲੈ, ਕੋਈ ਘੱਟੋ ਘੱਟ ਜ਼ਿਆਦਾ ਨਹੀਂ, ਕੋਈ ਸਾਲ 6 ਮਹੀਨੇ ਦਾ, ਸਾਲ 1.5 ਸਾਲ ਦਾ ਟਿਕਾ ਕੇ ਲਾ। ਕੀ ਕਹਿੰਦਾ? ਉਹਨੇ ਭਾਅ ਜੀ ਕਹਿੰਦਾ ਕੋਈ ਨਹੀਂ, ਮੇਰੇ ਫਲਾਣੇ ਯਾਰ ਦੋਸਤ ਆਏ ਕਹਿੰਦੇ ਉਹ ਕਹਿੰਦੇ, ਮੈਂ ਕਿਹਾ ਯਾਰ ਦੋਸਤ ਬਹੁਤ ਕੁਛ ਕਹਿੰਦੇ, ਠੀਕ ਆ ਫਿਰ, ਪਰ ਤੂੰ, ਮੈਂ ਕਿਹਾ ਵੀ ਉਸਤਾਦ ਦੀ ਨਾ ਮੰਨ, ਤੂੰ ਯਾਰਾਂ ਦੋਸਤਾਂ ਦੀ ਮੰਨ ਵੀ, ਚਲੋ ਫਿਰ ਐਂ ਆਪਾਂ ਬਾਹਲਾ ਨਹੀਂ ਕਹੀਦਾ ਵੀ ਕਹੀਦਾ ਭਾਈ ਅਗਲੇ ਦੀ ਮਨ ਮਰਜ਼ੀ ਆ। ਠੀਕ ਹੈ, ਚਲੋ ਗੱਲਾਂ ਬਾਤਾਂ ਦੇ ਨਾਲ ਹੁਣ ਆਪਾਂ ਸਟੂਡੈਂਟਸ ਨੂੰ ਇਨਵੋਲਵ ਕਰੀਏ, ਇਹਨਾਂ ਤੋਂ ਵੀ ਸੁਣੀਆਂ ਸਾਰਿਆਂ ਨੂੰ ਕੁਛ ਨਾ ਕੁਛ, ਅਤੇ ਦੱਸੋ ਪਹਿਲਾਂ ਕੌਣ ਸੁਣਾਊਗਾ? ਸਭ ਤੋਂ ਪਹਿਲਾਂ ਉਹ ਅਰਵਿੰਦਰ ਨੂੰ ਸੁਣੀਏ ਆਪਾਂ। ਅੱਛਾ, ਉਹ ਮੁੰਡਾ? ਹਾਂਜੀ ਹਾਂਜੀ। ਅਤੇ ਕੀ ਇਹਦਾ ਨਾਮ ਆ ਅਤੇ ਕਦੋਂ ਕਦਾਂ ਤੁਹਾਡੇ ਨਾਲ ਜੁੜਿਆ ਹੋਇਆ ਇਹ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜੁੜਿਆ ਕਹਿੰਦਾ ਜੀ ਰਵਿੰਦਰ ਸਿੰਘ ਹੈ, ਇਹ ਆਪਣਾ ਬੇਟਾ ਛੋਟਾ। ਠੀਕ ਹੈ, ਹਾਂ। ਅਤੇ ਸੰਭਾਲ ਲਓ, ਸਿੱਖਦਾ ਕਦੋਂ ਕਦਾ ਮਿਊਜ਼ਿਕ? ਸਿੱਖ ਤਾਂ ਵਜਾਉਂ ਸੁਰਤ ਸੰਭਾਲੀ ਆ ਇਹਦੀ, ਪਹਿਲਾਂ ਤਾਂ ਕ੍ਰਿਕਟ ਦੇ ਵਿੱਚ ਸੀਗੀ, ਮੈਂ ਕਿਹਾ ਜਾ ਰਸਲ ਵਾਲਾ ਕਾਕਾ, ਉਹ ਨਹੀਂ ਮੈਂ ਕ੍ਰਿਕਟ ਸਿੱਖਣੀ ਆ। ਉਸ ਤੋਂ ਬਾਅਦ ਫਿਰ ਇਹਦਾ ਇੱਕ ਦੋਸਤ ਆ ਭੱਟੀ, ਜਿਹਦੀ ਜ਼ਿਆਦਾ ਮੰਨਦਾ ਆ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹਨੂੰ ਕਹੀਏ ਅਸ਼ੋਰ ਹੁੰਦਾ, ਫਿਰ ਫਿਰ ਤਿਆਰੀ ਕਰ ਲੱਗ ਪਿਆ, ਫੋਨ ਬੜਾ ਵਧੀਆ ਚੱਲ ਰਿਹਾ ਹੈ ਤਿਆਰੀ। ਸਭ ਸੁਣੀਏ ਫਿਰ ਇੱਥੋਂ। ਹਾਂਜੀ ਹਾਂਜੀ। ਮੈਂ ਜਦ ਦੁਨੀਆ ਤੋਂ ਜਾਣਾ ਮੁੜ ਫਿਰ ਦੁਬਾਰਾ ਆਇਆ, ਮੈਂ ਜੋ ਵੀ ਜੂਨ ਹੰਡਾ
ਦੇਸ ਹੋਵੇ ਪੰਜਾਬ। ਕਈ ਸੂਰਮਿਆਂ ਸਰਦਾਰਾਂ ਨੇ, ਕਈ ਸੂਫੀ ਸੰਤ ਫਕੀਰਾਂ ਨੇ, ਇਹ ਧਰਤੀ ਆਸ਼ਿਕ ਲੋਕਾਂ ਦੀ ਰਾਜੇ ਦੇ ਕੇ ਜੀ। ਵਾਹ ਕਿਆ ਬਾਤ ਹੈ, ਵਾਕਈ ਸਾਡਾ ਪੰਜਾਬ ਦਾ ਸੱਭਿਆਚਾਰ ਕਰਾਂਗਾ, ਨਜ਼ਾਰਾ ਆ ਗਿਆ ਮੁੰਡੇ ਨੂੰ ਸੁਣ ਕੇ। ਅਤੇ ਅਗਲੀ ਪੇਸ਼ਕਸ਼ ਕਿਹਨਾਂ ਦੀ ਕਰਾਉਣ ਲੱਗੇ ਹੁਣ? ਮਨ ਮੰਦਰ ਮਨਾਵਾਂ ਜੀ, ਇਹ ਤੋਂ ਸੁਣਦੇ ਆਪਾਂ ਬੋਲ ਮਿੱਟੀ ਦੇ ਬਾਵਿਆ। ਕਿਆ ਬਾਤ ਹੈ, ਕਿਆ ਬਾਤ ਹੈ, ਆਓ ਜੀ ਸੁਣਦੇ ਹਾਂ ਫਿਰ ਬੋਲ ਮਿੱਟੀ ਦੇ ਬਾਵਿਆ। ਜਿਹੜੀਆਂ ਸੂਰਤਾਂ ਚੜ੍ਹਨ ਚ ਵਾਰਿਆ ਦੇ ਇੱਕ ਦਿਨ ਚ ਖਾਤ ਚੜ੍ਹਦੀਆਂ ਵੇਖੀਆਂ ਮੈਂ, ਜਿੰਨਾ ਜੁਲਫਾਂ ਨੂੰ ਅਤਰ ਦੇ ਤੇਲ ਲੱਗੇ ਵਾਂਗ ਘਾਸ ਦੇ ਸੜਦੀਆਂ ਵੇਖੀਆਂ ਮੈਂ, ਛੱਜੂ ਰਾਮਾ ਜੋ ਲੱਦ ਜਹਾਨ ਗਈਆਂ ਤੇ ਮੁੜ ਕੇ ਖਰ ਨਾ ਵੜਦੀਆਂ ਵੇਖੀਆਂ ਮੈਂ, ਹੋ ਬੋਲ ਮਿੱਟੀ ਦਿਆ। ਵਾਕਈ ਜੀ ਵਾਕਈ ਰਣਜੀਤ ਬਾਵੇ ਨੇ ਬੋਲ ਮਿੱਟੀ ਦੀਆਂ ਬਾਵਿਆ ਗਾ ਕੇ ਕੋਠੀਆਂ ਪਾਲੀਆਂ, ਅਤੇ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੇ ਜਿਹੜੇ ਨਵੇਂ ਟੇਲੈਂਟ ਆ ਰਹੇ ਨਾ ਉਹ ਵੀ ਇਸੇ ਤਰ੍ਹਾਂ ਤੁਸੀਂ ਸਪੋਰਟ ਕਰੋ ਸਾਰੇ ਜਣੇ, ਜਿੰਨੇ ਵੀ NRIs ਆ ਇਸ ਤਰ੍ਹਾਂ ਦੀ ਅਕੈਡਮੀਜ਼ ਤੁਹਾਡੇ ਹਰ ਸ਼ਹਿਰ ਦੇ ਵਿੱਚ ਆ, ਅਤੇ ਉੱਥੇ ਉੱਥੇ ਕੰਟੈਕਟ ਕਰਕੇ ਨਵੇਂ ਸਿੰਗਰਾਂ 'ਤੇ ਜੇ ਤੁਸੀਂ ਸਾਰੇ ਜਣੇ ਪੈਸਾ ਲਾ ਕੇ ਇੱਕ ਇਨਵੈਸਟਮੈਂਟ ਕਰਦੇ ਹੋ ਤਾਂ ਵਧੀਆ ਗੱਲ ਹੈ, ਨਵਾਂ ਟੇਲੈਂਟ ਅੱਗੇ ਆਊਗਾ, ਸੁਰੀਲਾ ਟੇਲੈਂਟ ਅੱਗੇ ਆਊਗਾ। ਚਮਕੌਰ ਭਾਅ ਜੀ ਅਗਲੇ ਕਲਾਕਾਰ ਜੀ। ਅਗਲੇ ਕਲਾਕਾਰ ਬਲਜਿੰਦਰ ਦੀਪ, ਇਹਨਾਂ ਤੋਂ ਸੁਣਦੇ ਆਪਾਂ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਮ ਹੈ ਥਾਏ ਮਰ ਜਾਣੀ। ਕਿਆ ਬਾਤ ਹੈ, ਸੋ ਆਓ ਜੀ ਸੁਣਦੇ ਹਾਂ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਮ ਹੈ ਥਾਏ ਮਰ ਜਾਣੀ ਹੈ। ਪਾਕਿਸਤਾਨੀ ਸਿੰਗਰ ਹੈ, ਉਹਨਾਂ ਦਾ ਗਾਇਆ ਹੋਇਆ ਗੀਤ ਆਓ ਸੁਣਦੇ ਹਾਂ।
ਜਦੋਂ ਹੌਲੀ ਜਹੀ ਲੈਨੇ ਮੇਰਾ ਨਾਂ, ਜਦੋਂ ਹੌਲੀ ਜਹੀ ਲੈਨੇ ਮੇਰਾ ਨਾਂ, ਮੈਂ ਥਾਂ ਮਰ ਥਾਂ ਮਰ ਜਾਨੀਆ ਮਰ ਜਾਨੀਆ ਹਾਏ ਹਾਏ ਵੇ ਜਦੋਂ ਹੌਲੀ ਜਹੀ ਲੈਨੇ ਮੇਰਾ ਨਾਂ, ਜਦੋਂ ਹੌਲੀ ਜਹੀ ਲੈਨੇ ਮੇਰਾ ਨਾਂ, ਮੈਂ ਥਾਂ ਮਰ ਜੀ। ਵਾਹ ਕਿਆ ਬਾਤ ਹੈ ਚਮਕੌਰ ਭਾਅ ਜੀ, ਇੱਕ ਰੰਗ ਹੋਰ ਆ, ਬਾਕੀ ਸਾਰੇ ਹੋ ਗਏ, ਦਗਾਣੇ ਵੀ ਹੋ ਗਏ, ਸੈਡ ਵੀ ਹੋ ਗਏ, ਬੀਟ ਵੀ ਹੋ ਗਏ, ਇੱਕ ਰੰਗ ਕਵਾਲੀ ਵਾਲਾ ਵੀ ਹਨਾ। ਹਾਂ ਵੀ ਪਤਾ ਕੀ ਆ ਵੀ ਇੱਥੇ ਕੀੜਾ ਸਾਰੇ ਵਿਕੜਦੇ ਆ, ਕਿਉਂਕਿ ਜਿਹੜਾ ਸੰਗੀਤ ਆ, ਸੰਗੀਤ ਜਦੋਂ ਹਰ ਇੱਕ ਬੰਦਾ ਗਾਉਂਦਾ, ਕਵਾਲੀ ਗਾਉਂਦਾ, ਕੋਈ ਕੋਈ ਕਹਿੰਦਾ, ਫਿਰ ਜਿਹੜੇ ਰੂਹ ਚੋਂ ਜਿਹੜੀ ਚੀਜ਼ ਗਾਉਂਦਾ, ਫਿਰ ਮੈਥੋਂ ਰਿਹਾ ਨਹੀਂ ਜਾਂਦਾ, ਫਿਰ ਸਾਰੇ ਹੀ ਰਲ ਮਿਲ ਕੇ ਕਈ ਵਾਰ ਕਵਾਲੀ ਕਰ ਲੈਂਦੇ ਹੁੰਦੇ। ਕਵਾਲੀ ਹੁਣ ਗਾਉਣਗੇ ਉਹ ਮੁੰਡੇ? ਹਾਂਜੀ ਹਾਂਜੀ, ਉਹ ਆਪਾਂ ਸਾਥ ਸਾਰਿਆਂ ਨੇ ਦੇਣਾ। ਹਾਂ, ਸਾਰਿਆਂ ਨੇ ਸਾਥ ਦੇਣਾ, ਮਿੱਠਨ ਜੀ ਔਰ ਸਨੀ ਜੀ। ਮਿੱਠਨ ਔਰ ਸਨੀ, ਸੋ ਇਹਨਾਂ ਤੋਂ ਸੁਣਦੇ ਹਾਂ ਜੀ ਕਵਾਲੀ। ਆਓ ਦਰਸ਼ਕੋ ਸੁਣਦੇ ਹੁਣ ਕਵਾਲੀ। ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ, ਤੁਮੇ ਦਿਲ ਲਗੀ ਜਾਣੀ ਪੜੇਗੀ, ਮੁਹੱਬਤ ਕੀ ਰਾਹ ਮੈਂ ਆ ਫਿਰ ਤੋ ਦੇਖੋ, ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ, ਮੁਹੱਬਤ ਕੀ ਰਾਹ ਤੋ ਦੇਖੋ, ਮੁਹੱਬਤ ਕੀ ਰਾਹੋਂ ਮੇਂ ਆਦਰ ਤੋ ਦੇਖੋ। ਵਾਹ ਜੀ ਵਾਹ, ਇਸ ਤਰ੍ਹਾਂ ਦਾ ਟੈਲੈਂਟ ਆ ਜਿਹੜਾ ਵਾਕਈ ਛੋਟੇ ਸ਼ਹਿਰਾਂ ਵਿੱਚੋਂ ਸਾਨੂੰ ਲੱਭ ਸਕਦਾ। ਵੱਡੇ ਸ਼ਹਿਰ ਆ ਜਿਹੜੇ ਚਕਾ ਚੌਂਦ ਵਿੱਚ ਚਲੇ ਗਏ, ਉਹ ਘਰੇ ਬੈਠੇ ਮਿਊਜ਼ਿਕ ਬਣਾ ਲੈਂਦੇ, ਸਾਰਾ ਕੁਝ ਘਰੇ ਬੈਠੇ ਕਰੀ ਜਾਂਦੇ ਆ। ਬਿਲਕੁਲ। ਸੋ ਚਮਕੌਰ ਭਾਅ ਜੀ, ਸਾਡੇ ਜਿਹੜੇ ਸਰੋਤੇ ਆ ਨਾ, ਜ਼ਿਆਦਾ ਵਿਦੇਸ਼ਾਂ ਦੇ ਵਿੱਚ ਨੇ, ਬਾਹਰਲੇ ਮੁਲਕਾਂ ਦੇ ਨੇ, ਕੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ, ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ? ਮੈਸੇਜ ਇਹੀ ਆ ਮੇਰੇ, ਜਿੰਨੇ ਵੀ ਵਿਦੇਸ਼ਾਂ 'ਚ ਵੱਸਦੇ ਆ ਨਾਰੀ ਭਰਾ ਨੇ, ਪੰਜਾਬੀ ਨੇ, ਬੇਨਤੀ ਆ ਵੀ ਜਿਹੜਾ ਵੀ ਬੰਦਾ ਸੁਰ ਵਾਲਾ ਗਾਉਣ ਵਾਲਾ ਆਰਥਿਕ ਪੱਖੋਂ ਫਾਈਨੈਂਸ਼ੀਅਲ ਪੱਖੋਂ ਡਾਊਨ ਆ, ਚਾਹੇ ਉਹ ਮੈਂ ਆ ਚਾਹੇ ਕੋਈ ਆ, ਵੀ ਤੁਸੀਂ ਜਿਹੜੇ ਬੰਦੇ ਨੂੰ ਮੁਨਾਸਿਬ ਸਮਝਦੇ ਉਹਨਾਂ ਦੀ ਫੁੱਲ ਸਪੋਰਟ ਕਰੋ, ਵੀ ਹੈਲਪ ਕਰੋ ਤਾਂ ਕਿ ਉਹਨਾਂ ਦਾ ਟੈਲੈਂਟ ਅੱਗੇ ਆ ਸਕੇ, ਮਤਲਬ ਉਹਨਾਂ ਦਾ ਕੁਛ ਬਣ ਸਕੇ ਜੀਵਨ ਦੇ ਵਿੱਚ, ਉਹਨਾਂ ਦੀ ਗਾਂਹ ਹਾਲਾਤ ਸੁਧਰ ਜਾਣ। ਠੀਕ ਆ,
ਵੀ ਮੈਂ ਇਹ ਕਹਿੰਦਾ ਸਪੋਰਟ ਹੁਣ ਜਿਹੜੇ ਹੁਣ ਲੱਲੀ ਛੱਲੀ ਗਾਈ ਜਾਂਦੇ ਆ ਉਹਨਾਂ ਨੂੰ ਤਾਂ ਮੈਂ ਲੱਖਾਂ ਵੀਹ ਵੀਹ ਲੱਖ ਰੁਪਇਆ ਤੀਹ ਪੰਜਾਹ ਪੰਜਾਹ ਲੱਖ ਕਰੋੜਾਂ ਰੁਪਏ ਲਾਉਂਦੇ ਆ ਅਤੇ ਜਿਹੜਾ ਬੰਦਾ ਵਧੀਆ ਗਾਉਣ ਵਾਲਾ ਉਹ ਵਿਚਾਰਾ ਇੱਕ ਟਾਈਮ ਦੀ ਰੋਟੀ ਸਵੇਰੇ ਕਮਾ ਲਿਆਉਂਦਾ ਸ਼ਾਮ ਦਾ ਫਿਕਰ ਹੁੰਦਾ ਵੀ ਕਿੱਥੋਂ ਖਾਣੀ ਆ ਜਿਵੇਂ ਕਿ ਮੈਨੂੰ ਫਿਕਰ ਹੁੰਦਾ ਨਹੀਂ ਨਹੀਂ ਤੁਹਾਡਾ ਫਿਕਰ ਆ ਜਿਹੜਾ ਉਹ ਮੈਨੂੰ ਲੱਗਦਾ ਹੁਣ ਵਿਦੇਸ਼ਾਂ ਵਾਲੇ ਜਿੰਨੇ ਸਾਡੇ ਸਰੋਤੇ ਨੇ ਉਹ ਚੱਕਣ ਕੇ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਚਮਕੌਰ ਹੰਸ ਹੋਣਾ ਦੇ ਨਾਲ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਚੰਗੇ ਟੈਲੈਂਟ ਨੂੰ ਹਮੇਸ਼ਾ ਸਪੋਰਟ ਕਰੋ ਇਹਨਾਂ ਦਾ ਨੰਬਰ ਜਿਹੜਾ ਫਲੈਸ਼ ਹੋ ਰਿਹਾ ਤੁਸੀਂ ਉਹਦੇ 'ਤੇ ਕਾਲ ਕਰਕੇ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਚੰਗੇ ਟੈਲੈਂਟ ਨੂੰ ਸਪੋਰਟ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੇ ਹਰਮਨ ਚੀਮੇ ਆਉਣਗੇ ਹੋਰ ਬੜੇ ਮੁੱਖ ਮੰਤਰੀ ਆਉਣਗੇ ਅਤੇ ਫਿਰ ਅਸੀਂ ਇਹ ਨਾ ਕਹੀਏ ਵੀ ਪੰਜਾਬੀ ਗਾਇਕੀ ਕਿੱਧਰ ਨੂੰ ਜਾ ਰਹੀ ਹੈ ਸਾਡਾ ਆਉਣ ਵਾਲਾ ਯੂਥ ਕਿੱਧਰ ਨੂੰ ਜਾ ਰਿਹਾ ਜੇ ਗੋਲੀਆਂ ਬੰਦੂਕਾਂ ਵਾਲੇ ਗੀਤ ਆਉਂਦੇ ਆ ਤਾਂ ਫਿਰ ਤੁਸੀਂ ਸਪੋਰਟ ਕਰਦੇ ਹੋ ਜੇ ਇਸ ਤਰ੍ਹਾਂ ਦੇ ਟੈਲੈਂਟ ਨੂੰ ਸਪੋਰਟ ਕਰੋਗੇ ਤਾਂ ਉਹ ਆਪਣੇ ਆਪ ਬੰਦ ਹੋ ਜਾਣਗੇ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਸੁਝਾਅ ਹੋਵੇ ਜਾਂ ਤੁਸੀਂ ਚਮਕੌਰ ਭਾਅ ਜੀ ਦੇ ਨਾਲ ਜੁੜਨਾ ਚਾਹੋ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੋ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰਾਖਾ